ਬਾਈ ਜੀ ਤੁਹਾਡਾ ਕੀ ਵਿਚਾਰ ਹੈ, ਜਿੰਨੇ ਨਵੇਂ ਸਟੂਡੈਂਟਸ ਆਉਣਾ ਚਾਹੁੰਦੇ ਆ ਮਤਲਬ ਇੰਡੀਆ ਤੋਂ? ਮੇਰੇ ਅਕੋਰਡਿੰਗ ਮੇਰਾ ਇਹੀ ਵਿਚਾਰ ਹੈ, ਜਿੱਦਾਂ ਦੇ ਅੱਜ ਦੇ ਹਾਲਾਤ ਨੇ ਤੁਸੀਂ ਵੇਖ ਹੀ ਰਹੇ ਹੋ ਇੱਥੇ, ਸਾਨੂੰ ਅਸੀਂ ਆਲਰੇਡੀ ਸਾਨੂੰ 5-6 ਸਾਲ ਹੋ ਗਏ, ਅਸੀਂ ਹਰੇਕ ਚੀਜ਼ ਕੀਤੀ ਇੱਥੇ, ਪੜ੍ਹਾਈ ਕੀਤੀ ਸਭ ਕੁਛ, ਬਟ ਮੇਰੇ ਅਕੋਰਡਿੰਗ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਇੱਥੇ ਆਉਣ ਨਾਲੋਂ, ਜਿਹੜਾ 15-20 ਲੱਖ ਬੰਦੇ ਨੇ ਲਾਉਣਾ ਉੱਧਰ ਇਨਵੈਸਟ ਕਰੇ, ਕੋਈ ਜ਼ਿਆਦਾ ਖੇਤੀ ਰਿਲੇਟਿਡ ਜਾਂ ਕੋਈ ਵੀ ਕਿਸੇ ਦਾ ਕਾਰੋਬਾਰ ਹੈ ਉਹਦੇ ਵਿੱਚ ਇਨਵੈਸਟ ਕਰੇ ਅਤੇ ਉਹ ਹੀ ਜ਼ਿਆਦਾ ਕੋਈ ਕੰਮ ਕਰ ਲਏ ਤੇ ਮੇਰੇ ਲਈ ਮੇਰੀ ਸੋਚ ਅਕੋਰਡਿੰਗ ਉਹ ਚੀਜ਼ ਬੈਟਰ ਆ। ਕਿੱਥੋਂ ਬਿਲੋਂਗ ਕਰਦੇ ਆ ਤੁਸੀਂ? ਵੀਰੇ ਮੇਰਾ ਜਲਾਲਾਬਾਦ ਏਰੀਆ। ਅੱਛਾ, ਜਲਾਲਾਬਾਦ ਡਿਸਟ੍ਰਿਕਟ ਫਾਜ਼ਿਲਕਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ? ਮੈਨੂੰ ਵੀਰੇ 5.5 ਸਾਲ ਹੋ ਗਏ। ਪੱਕੇ ਹੋਣ ਦਾ ਰਾਹ? ਹਾਂਜੀ ਹਾਂਜੀ, ਪਹਿਲਾਂ ਮੈਂ 2 ਸਾਲ ਟਰੱਕ ਤੇ ਲਾਇਆ। ਅੱਛਾ, ਤੇ ਆਲਮੋਸਟ 50,000 ਦੇ ਨੇੜੇ ਅਸੀਂ ਟੈਕਸ ਪੇ ਕੀਤਾ ਗਵਰਨਮੈਂਟ ਨੂੰ ਪਹਿਲਾਂ 5 ਸਾਲਾਂ 'ਚ। ਹਾਂਜੀ, ਕਾਲਜਾਂ ਦੀ ਫੀਸਾਂ ਭਰੀਆਂ ਪਹਿਲਾਂ, ਬਟ PR ਦਾ ਕੋਈ ਪਾਥਵੇ ਨਹੀਂ। 30 ਲੱਖ ਰੁਪਏ ਤੁਸੀਂ ਟੈਕਸ ਭਰਤਾ? ਹਾਂਜੀ ਹਾਂਜੀ, ਠੀਕ ਹੈ, 30 ਲੱਖ ਦੇ ਨੇੜੇ 5 ਸਾਲ 'ਚ। ਹਾਂਜੀ, ਪਹਿਲਾਂ ਆਪਾਂ 20-20 ਕੁ ਲੱਖ ਪਹਿਲਾਂ ਲਾ ਕੇ ਆਏ, ਫਿਰ ਫੀਸਾਂ ਭਰੀਆਂ ਇੱਥੇ, ਬਟ ਹਾਸਿਲ ਸਾਨੂੰ ਇੱਥੇ ਅੱਜ ਵੇਖ ਨਹੀਂ ਰਿਹਾ ਕੁਝ ਅਗਾਂਹ, ਫਿਊਚਰ ਵਧੀਆ ਫਿਊਚਰ ਨਹੀਂ ਵੇਖ ਰਿਹਾ। ਸੋ ਮੇਰੇ ਅਕੋਰਡਿੰਗ ਹੁਣ ਫਿਰ ਤੁਸੀਂ ਕੀ ਮਤਲਬ ਤੁਹਾਡਾ ਫੈਸਲਾ ਹੈਗਾ, ਜੇ ਤੁਹਾਨੂੰ ਵਧੀਆ ਇੱਥੇ ਫਿਊਚਰ ਨਹੀਂ ਦੇਖ ਰਿਹਾ ਵਾਪਸ ਜਾਣਾ ਹੈ, ਕੀ ਕਰਨਾ? ਅਸੀਂ ਤਾਂ ਹੁਣ ਜਿੱਦਾਂ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ, ਇੱਥੇ ਕੈਨੇਡੀਅਨ ਗਵਰਨਮੈਂਟ ਨੂੰ ਅਸੀਂ ਅਪੀਲ ਕਰ ਰਹੇ ਹਾਂ ਸਾਨੂੰ ਪੱਕੇ ਕੀਤਾ ਜਾਵੇ ਅਤੇ ਵਧੀਆ, ਸਾਨੂੰ ਜੇ ਪੱਕੇ ਹੋ ਕੇ ਫਿਰ ਸਾਡਾ ਲੱਗਦਾ ਵੀ ਇੱਧਰ ਫਿਊਚਰ ਸਹੀ ਹੋ ਜਾਏਗਾ, ਕਿਉਂਕਿ ਅਸੀਂ ਆਲਰੇਡੀ 5-6 ਸਾਲ ਅਸੀਂ ਇਨਵੈਸਟ ਕਰ ਚੁੱਕੇ ਹਾਂ ਉਹਦੇ ਲਈ, ਫਿਰ ਸਾਨੂੰ ਹੁਣ ਜੇ ਅਸੀਂ ਬੈਕ ਹੋਮ ਜਾਂਦੇ ਹਾਂ ਤਾਂ ਸਾਨੂੰ ਉੱਥੇ ਵੀ 0 ਤੋਂ ਸਟਾਰਟ ਕਰਨਾ ਪੈਣਾ। ਠੀਕ ਹੈ, ਮਤਲਬ ਤੁਸੀਂ ਇੱਥੇ ਆਪਣਾ ਜਿਹੜੇ ਮਿਹਨਤ ਕੀਤੀ ਹੈ 5 ਸਾਲ, ਮੇਰਾ ਸਵਾਲ ਤੁਹਾਨੂੰ ਇਹੀ ਹੋਣਾ ਸੀ ਵੀ ਫਿਰ ਜੇ ਤੁਹਾਨੂੰ ਇੱਥੇ ਲੱਗਦਾ ਵੀ ਬੈਟਰ ਫਿਊਚਰ ਨਹੀਂ ਹੈਗਾ ਵੀ ਫਿਰ ਵਾਪਸ ਕਿਉਂ ਨਹੀਂ ਜਾ ਰਹੇ? ਵਾਪਸ ਵੀਰੇ ਅਸੀਂ ਹੁਣ ਜੇ ਸਾਨੂੰ ਇੱਥੇ ਨਾ ਕੁਛ ਵੀ ਗਿਆ ਫਿਰ ਤਾਂ ਲਾਸਟ ਆਪਸ਼ਨ ਤਾਂ ਹੈਗੀ ਹੈ, ਫਿਰ ਆਪਾਂ ਨੂੰ ਉਹੀ ਕਰਨਾ ਪੈਣਾ, ਬਟ ਹੁਣ ਅਸੀਂ ਇੱਥੇ ਇਨਵੈਸਟ ਬਹੁਤ ਜ਼ਿਆਦਾ ਕੀਤੀ ਬੈਠੇ ਹਾਂ ਨਾ, ਜਿੱਦਾਂ ਮਤਲਬ ਪਹਿਲਾਂ ਅਸੀਂ ਇੱਥੇ ਫੀਸਾਂ ਭਰ ਕੇ ਆਏ ਫਿਰ ਅਸੀਂ ਇੱਥੇ ਟੈਕਸ ਪੇ ਕੀਤਾ, ਸੋ ਸਾਨੂੰ ਇੰਨਾ ਕੁ ਤਾਂ ਇੱਥੇ ਮਤਲਬ ਤੁਸੀਂ ਇਹ ਕੰਟਰੀ ਨੂੰ ਲਗਭਗ 1 ਕਰੋੜ ਦੇ ਨੇੜੇ ਤੇੜੇ ਇਹਨੂੰ ਦੇ ਚੁੱਕੇ ਹੋ ਫੀਸਾਂ ਦੇ ਰੂਪ ਵਿੱਚ, ਟੈਕਸ ਦੇ ਰੂਪ ਵਿੱਚ, ਤੇ ਤੁਸੀਂ ਹੁਣ ਇਹ ਚਾਹੁੰਦੇ ਹੋ ਵੀ ਉਹਦੇ ਬਦਲੇ ਸਾਨੂੰ ਘੱਟੋ ਘੱਟ PR ਤਾਂ ਦਿੱਤੀ ਜਾਵੇ? ਹਾਂਜੀ ਬਿਲਕੁਲ ਬਿਲਕੁਲ, ਜਿਹੜਾ 2021 'ਚ ਪ੍ਰੋਗਰਾਮ ਆਇਆ ਸੀ ਮੇਰੇ ਖਿਆਲ 'ਚ ਸਿੱਧਾ PR ਦਾ, ਉਹਦੇ 'ਚ ਤੁਸੀਂ ਕਿਉਂ ਨਹੀਂ ਪੱਕੇ ਹੋਏ? ਉਦੋਂ ਵੀਰੇ ਮਤਲਬ ਉਦੋਂ ਮੇਰੀ ਸਟੱਡੀ ਚੱਲੀ ਜਾਂਦੀ ਸੀ, ਮਤਲਬ ਉਦੋਂ ਮੈਂ ਉਹ ਚੀਜ਼ ਲਈ ਐਲੀਜੀਬਲ ਨਹੀਂ ਸੀਗਾ। ਅੱਛਾ, ਉਹਦੇ ਲਈ ਐਲੀਜੀਬਲ ਹੈ? ਹਾਂਜੀ ਹਾਂਜੀ ਹਾਂਜੀ, ਜਿਹੜੇ ਉਦੋਂ ਪਹਿਲਾਂ ਦੇ ਪੁਰਾਣੇ ਆਏ ਹੋਏ ਸੀ ਉਹ ਐਲੀਜੀਬਲ ਸੀਗੇ? ਹਾਂਜੀ ਹਾਂਜੀ, ਜਿਹੜਾ ਉਦੋਂ ਵਰਕ ਪਰਮਿਟ ਤੇ ਕੋਈ ਵੀ ਭੈਣ ਭਰਾ ਸੀ ਉਹਨਾਂ ਨੇ ਮਤਲਬ ਕਿ ਉਹ ਚੀਜ਼ ਦਾ ਉਹਨਾਂ ਨੂੰ ਫਾਇਦਾ ਮਿਲਿਆ। ਠੀਕ ਹੈ, ਹਾਂਜੀ ਹਾਂਜੀ, ਉਸ ਤੋਂ ਬਾਅਦ ਇਹਨਾਂ ਨੇ ਕੋਈ PR ਦਾ ਪਾਥਵੇ ਉਦੋਂ ਦਾ ਕੱਢਿਆ ਹੀ ਨਹੀਂ, ਸੋ ਗਵਰਨਮੈਂਟ ਨੂੰ ਸਾਡੀ ਇਹ ਹੀ ਅਪੀਲ ਹੈ ਵੀ ਉਹਨਾਂ ਨੂੰ ਕੱਢਣਾ ਚਾਹੀਦਾ ਇੱਦਾਂ ਦਾ ਕੋਈ। ਠੀਕ ਹੈ, ਬਟ ਮੇਰੀ ਜਿਹੜੇ ਆਪਣੇ ਪੰਜਾਬ ਬੈਠੇ ਨੇ ਭੈਣ ਭਰਾ ਉਹਨਾਂ ਨੂੰ ਇਹੀ ਮਤਲਬ ਕਿ ਰਿਕੁਐਸਟ ਹੈ, ਮਤਲਬ ਇੱਥੇ ਹਾਲਾਤ ਬਹੁਤ ਜ਼ਿਆਦਾ ਮੰਦੇ ਨੇ, ਜਿਹੜਾ ਬੰਦਾ ਇੱਥੇ ਹੈਗਾ ਉਹਨੂੰ ਪਤਾ ਸਿਚੁਏਸ਼ਨ ਕਿਹੜੀ 'ਚ, ਹੁਣ ਆਪਾਂ ਕਿਸੇ ਨੂੰ ਆਪਣੇ ਭਰਾ ਭੈਣ ਨੂੰ ਉੱਥੇ ਰੋਕੀਏ ਉਹ ਕਹਿੰਦਾ ਵੀ ਆਪ ਤਾਂ ਉੱਥੇ ਬੈਠਾ ਇਹ ਸਾਨੂੰ ਰੋਕੀ ਜਾਂਦਾ ਜਾਂ ਕਿੱਦਾਂ, ਬਟ ਜਿਹੜਾ ਬੰਦਾ ਇੱਥੇ ਆਉਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਦੇ ਵਾਕਈ ਇਹ ਚੀਜ਼ਾਂ ਸਹੀ ਨੇ, ਵੀ ਮੇਰੇ ਲੱਗ ਰਿਹਾ ਹੈ ਵੀ ਕੀ ਕੁਝ ਚੱਲ ਰਿਹਾ, ਇਹ ਸਾਨੂੰ ਸਹੀ ਕਹਿ ਰਹੇ ਸੀ ਵੀ ਨਾ ਆਓ, ਇੱਥੇ ਆ ਕੇ ਬੰਦਾ ਉਹ ਚੀਜ਼ ਫੀਲ ਕਰਦਾ, ਬਟ ਉਦੋਂ ਉਹ ਆਪਣੇ ਕੋਲ ਆਪਸ਼ਨ ਮਤਲਬ ਕਿ 20-25 ਲੱਖ ਲਾ ਕੇ ਆਪਾਂ ਇੱਕ ਤਰ੍ਹਾਂ ਦਾ ਖੂਜ ਸੱਟਣ ਵਾਲੀ ਗੱਲ ਹੈ ਅੱਜ ਦੇ ਟਾਈਮ 'ਚ, ਹੋਰ ਦਾ ਫਿਊਚਰ ਸੈਟਿੰਗ ਹੋ ਜਾਏ। ਮੈਂ ਇਹ ਕਹਿੰਦਾ ਉੱਥੇ ਕਿਹੜਾ ਜੌਬਸ ਨੇਗੀਆਂ ਵੀ ਉੱਥੇ ਕੀ ਕੀਤਾ ਜਾਵੇ, ਨੌਕਰੀ ਤਾਂ ਉੱਥੇ ਵੀ ਨਹੀਂ। ਅਕੋਰਡਿੰਗ ਜਿਵੇਂ ਮੇਰਾ ਉੱਥੇ ਜ਼ਿਮੀਂਦਾਰ ਰਿਲੇਟਡ ਹੈ ਸਾਡੀ ਫੈਮਿਲੀ, ਹਾਂਜੀ, ਤੇ ਮੈਂ ਸੋਚਣਾ ਜੇ ਮੈਂ ਉੱਥੇ 20 ਲੱਖ ਦੀਆਂ ਆਦੀਆਂ ਮੱਝਾਂ ਹੀ ਰੱਖੀਆਂ ਹੁੰਦੀਆਂ ਨਾ, ਹਾਂਜੀ, ਤੇ ਉਹ ਹੀ 5 ਸਾਲਾਂ ਬਾਅਦ ਮੇਰੇ ਹਿਸਾਬ 1.5 ਕਰੋੜ ਦੀ ਹੋ ਜਾਣੀਆਂ ਸੀ, ਜੇ ਅੱਜ ਉਹ ਮੈਨੂੰ ਚੀਜ਼ ਬਾਹਰ ਆ ਕੇ ਅੱਜ ਮੈਨੂੰ ਉਹ ਚੀਜ਼ ਪਤਾ ਲੱਗਦੀ ਵੀ ਹੈ, ਜੇ ਉਦੋਂ ਮੈਂ ਉਹ ਚੀਜ਼ ਅਪਲਾਈ ਕੀਤੀ ਹੁੰਦੀ ਤਾਂ ਮੈਨੂੰ ਆਹ ਚੀਜ਼ਾਂ ਫੇਸ ਨਹੀਂ ਕਰਨੀਆਂ ਪੈਣੀਆਂ ਸੀ। ਉਦੋਂ ਫਿਰ ਕਿਹਨੇ ਰਾਏ ਦਿੱਤੀ ਸੀ ਜਾਂ ਕਰੇ ਸੀ ਇੱਕ? ਬਸ ਉਦੋਂ ਵੀਰੇ ਜਦੋਂ ਆਪਾਂ +2 ਕਰਨੇ ਆ, ਆਪਣਾ ਹਰੇਕ ਬੰਦੇ ਦਾ ਹੁੰਦਾ ਵੀ ਕੈਨੇਡਾ ਜਾਈਏ, ਇੱਥੇ ਫੋਟੋਆਂ ਫੋਟੋਆਂ 'ਚ ਆਪਾਂ ਵੇਖਣੇ ਆ ਗੱਡੀਆਂ ਕਾਰਾਂ,
ਤੇ ਸਭ ਬੰਦੇ ਦਾ ਉਦੋਂ ਇੰਨਾ ਧਿਆਨ ਨਹੀਂ ਹੁੰਦਾ, ਬੰਦਾ ਕਹਿੰਦਾ ਇੱਕ ਵਾਰੀ ਜਾਣਾ ਹੀ ਆ। ਪਰ ਫੋਟੋ ਵਾਲਾ ਕੈਨੇਡਾ ਤੇ ਰਿਐਲਿਟੀ ਵਾਲਾ ਕੈਨੇਡਾ ਹੋਰ ਆ, ਬਹੁਤ ਫਰਕ ਹੈ। ਉਹ ਬੰਦੇ ਨੂੰ ਇੱਥੇ ਆ ਕੇ ਪਾ ਲੱਗੇਗਾ ਵੀਰੇ, ਜਿਹੜਾ ਬੰਦਾ ਇੱਥੇ ਆ ਗਿਆ ਫਿਰ ਉਹਨੂੰ ਇਹ ਸੱਚਾਈ ਇੱਥੇ ਆ ਕੇ ਪਾ ਲੈ। ਅਸਲ 'ਚ ਪ੍ਰੋਬਲਮ ਬਾਈ ਇਹੀ ਹੈ ਵੀ ਹਰੇਕ ਬੰਦਾ 25 ਲੱਖ 30 ਲੱਖ ਕਹਿੰਦੇ ਮਰੇ ਬਿਨਾਂ ਸਵਰਗ ਨਹੀਂ ਦੇਖਿਆ ਜਾਂਦਾ ਨਾ। 25-30 ਲੱਖ ਬੰਦਾ ਖਰਚ ਕੇ ਫਿਰ ਬੰਦੇ ਨੂੰ ਪਛਤਾਵਾ ਹੁੰਦਾ ਹੈ ਨਾ। ਬਟ ਵੀਰੇ ਜਿਹੜਾ ਕੋਈ ਸਮਝ ਜਾਏਗਾ ਉਹਦੇ ਲਈ ਤਾਂ ਫਾਇਦਾ ਹੀ ਹੈ। ਜੇ ਅੱਜ ਦੇ ਟਾਈਮ 'ਚ ਜੇ 20-25 ਲੱਖ ਆਪਾਂ ਲਾ ਕੇ ਆਈਏ ਨੇ, ਉਹ ਖੂਹ 'ਚ ਸੱਟਣ ਵਾਲੀ ਗੱਲ ਹੈ। ਜਿੱਦਾਂ ਇੱਥੇ ਬਾਹਰ ਰਹਿ ਕੇ ਆਪਾਂ ਨੂੰ ਬੜੀਆਂ ਡਿਫੀਕਲਟੀਆਂ ਫੇਸ ਕਰਨੀਆਂ ਪੈਂਦੀਆਂ ਨੇ, ਜਿੱਦਾਂ ਆਪਾਂ ਫੈਮਿਲੀ ਤੋਂ ਦੂਰ, ਬੰਦਾ ਬਿਮਾਰ ਵੀ ਹੋ ਜਾਵੇ, ਇੱਥੇ ਕੋਈ ਹਾਲ ਚਾਲ ਪੁੱਛਣ ਵਾਲਾ ਨਹੀਂ, ਸਾਰਾ ਕੁਝ ਆਪ ਨੂੰ ਹੀ ਬੰਦੇ ਨੂੰ ਮੈਨੇਜ ਕਰਨਾ ਪੈਂਦਾ। ਸੋ ਇੱਥੇ ਲਾਈਫ ਬੜੀ ਡਿਫੀਕਲਟ ਹੈ ਅੱਜ ਦੇ ਅਕੋਰਡਿੰਗ। ਚੰਗੀ ਚੀਜ਼ ਕਿਹੜੀ ਲੱਗਦੀ ਹੈ ਕੈਨੇਡਾ ਦੀ? ਚੰਗੀ ਚੀਜ਼ ਤਾਂ ਇਹ ਹੀ ਹੈ ਜਿੱਦਾਂ ਇੱਥੇ ਇਨਵਾਇਰਮੈਂਟ ਸਹੀ ਆ, ਜਿੱਦਾਂ ਮਤਲਬ ਕਿ ਵੀ ਇਹ ਚੀਜ਼ਾਂ ਕੁਦਰਤੀ ਚੀਜ਼ਾਂ ਸਹੀ ਆ, ਪਾਣੀ ਹਵਾ ਨੈਚੁਰਲ ਬਿਊਟੀ ਹੈ, ਮਤਲਬ ਹਾਂਜੀ ਹਵਾ ਪਾਣੀ ਸ਼ੁੱਧ ਹੈਗਾ, ਇਹ ਚੀਜ਼ਾਂ ਸਹੀ ਨੇ ਇੱਥੇ। ਠੀਕ ਹੈ ਹਾਂਜੀ। ਮਾੜਾ ਕੀ ਹੈ ਇੱਥੋਂ ਦਾ? ਮਾੜਾ ਤੁਸੀਂ ਵੇਖ ਹੀ ਰਹੇ ਹੋ, ਬਸ ਸਾਰਾ ਹਾਲਾਤ ਮਾੜੇ ਆ। ਹਾਂਜੀ ਹਾਂਜੀ। ਚਲੋ ਸ਼ੁਕਰੀਆ ਜੀ। ਓਕੇ ਵੀਰੇ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਏ ਇੱਥੇ ਸਾਡੀ ਸਪੋਰਟ ਲਈ। ਜੀ ਜੀ, ਸਾਨੂੰ ਬੜਾ ਮਾਣ ਮਹਿਸੂਸ ਹੋਇਆ ਜੀ। ਸ਼ੁਕਰੀਆ ਜੀ। ਠੀਕ ਹੈ ਵੀਰੇ, ਧੰਨਵਾਦ।